ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਫਤਿਹ ਨਿਊਜ਼ ਚੈਨਲ। ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਜਵਾੜਾ ਖੁਰਦ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ, ਜਿੱਥੇ ਕਿ ਨੈਲਵਲ ਕੁਟੀਆ ਕਿਲਾ ਬਨੂ ਵਿਖੇ ਸਮੂਹ ਨਗਰ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਖਾਲਸੇ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਲਗਾਏ ਗਏ। ਇਸ ਮੌਕੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਗਤਾਂ ਨੂੰ ਆਉਣ ਜਾਣ ਵਾਸਤੇ ਗੁਰੂ ਕੇ ਲੰਗਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਛਕਾਏ ਗਏ। ਆਓ ਤੁਹਾਨੂੰ ਅਸੀਂ ਇਸ ਸਮਾਗਮ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਕੈਮਰਾਮੈਨ ਡਾਕਟਰ ਗੋਪੀਚੰਦ ਰਾਜਪੁਰ ਭਾਈਆਂ, ਮੈਂ ਹਰਵਿੰਦਰ ਸਿੰਘ ਭੁੰਗਲੀ, ਫਤਿਹ ਨਿਊਜ਼ ਚੈਨਲ, ਮੈਂ ਟਿਆਣਾ ਹੁਸ਼ਿਆਰਪੁਰ। ਵੇਸ ਜਮਾ ਸਾਖ ਦੇ ਮੇਲ ਤੋਂ ਵਿਸਾਖ ਬਣਿਆ, ਦਿੱਤੀ ਵਡਿਆਈ ਨੂੰ ਗੁਰੂ ਦਸ਼ਮੇਸ਼ ਨੇ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਵੇਖੀ, ਖਾਲਸਾ ਅਕਾਲ ਦਾ ਕਹਾਇਆ ਸੀਗਾ ਇਸ ਨੇ, ਕੇਸ ਕੰਘਾ ਕੜਾ ਕਿਸ਼ਹਿਰਾ ਕਿਰਪਾਨ ਦੇ ਕੇ ਦਿੱਤੇ ਸੀ ਅਲੱਗ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਕਿਲਾ ਬਰੂਨ ਦੇ ਵਿੱਚ ਵਿਸਾਖੀ ਦੇ ਸੰਬੰਧ ਵਿੱਚ ਜੋ ਸੰਗਤਾਂ ਅਨੰਦਪੁਰ ਸਾਹਿਬ ਜਾਂਦੀਆਂ ਹਨ ਉਹਨਾਂ ਦੇ ਥੋੜ੍ਹਾ ਜਿਹਾ ਉਪਰਾਲਾ ਕੀਤਾ ਹੈ ਕਿ ਉਹਨਾਂ ਦੇ ਦੂਰ ਦੀ ਯਾਤਰਾ ਹੈ ਸਫ਼ਰ, ਉਸ ਵਾਸਤੇ ਕਿਲਾ ਬਰੂਨ ਵਿੱਚ ਸੰਤ ਮਹਾਂਵੀਰ ਜੋ ਕਿ ਤਾਜੇਵਾਲ ਵਾਲੇ ਹਨ ਔਰ ਸਾਡੇ ਕਿਲਾ ਬਰੂਨ ਦੇ ਵੀ ਵਾਸੀ ਹਨ, ਉਹਨਾਂ ਦਾ ਵੀ ਇੱਥੇ ਬਹੁਤ ਵੱਡਾ ਡੇਰਾ ਆ। ਉਹਨਾਂ ਨੇ ਇਹ ਸਾਰੀ ਸੰਗਤ ਔਰ ਨਗਰ ਵਾਸੀਆਂ ਨਾਲ ਰਲ ਕੇ ਇਹ ਵਿਸਾਖੀ ਦੇ ਸੰਬੰਧ ਵਿੱਚ ਸਾਡੇ ਪਿੰਡ ਕਿਲਾ ਬਰੂਨ ਚੰਡੀਗੜ੍ਹ ਰੋਡ ਦੇ ਉੱਤੇ ਲੰਗਰ ਸੰਗਤ ਲਈ ਉਪਰਾਲਾ ਕੀਤਾ ਕਿ ਸੰਗਤ ਦੇ ਸੇਵਾ ਕਰ ਸਕਣ। ਅਸੀਂ ਉਹਨਾਂ ਦਾ, ਸੰਤ ਮਹਾਂਵੀਰ ਉਹਨਾਂ ਦਾ ਔਰ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਠੀਕ ਆ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਕੁਟੀਆ ਕਿਲਾ ਬਰੂਨ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਇਲਾਕਾ ਨਿਵਾਸੀ ਪਤਵੰਤੇ ਸੱਜਣ, ਸਤਿਕਾਰਯੋਗ ਵੀਰ ਸਾਹਿਬਾਨ ਰਵਿੰਦਰ ਸਿੰਘ ਫਲੋਰਾ ਸਾਹਿਬ, ਪ੍ਰੋਫੈਸਰ ਬਲੀਨਾ ਸਾਹਿਬ, ਹੋਰ ਬੇਅੰਤ ਸੱਜਣਾਂ ਦੇ ਸਹਿਯੋਗ ਦੇ ਨਾਲ, ਸਾਧੂ ਸੰਤਾਂ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸ਼ਕਲ ਛਕਾਉਣ ਵਾਸਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਦਾ, ਸਾਰੇ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਨ ਕਿਰਪਾ ਕਰੇ ਸਾਡੇ ਸਾਰਿਆਂ ਵਾਸਤੇ ਜੋ ਵਿਸਾਖੀ ਹੈ ਚੜ੍ਹਦੀ ਕਲਾ ਵਾਲੇ ਹੋਵੇ, ਅਤੇ ਜੋ ਵਿਸਾਖੀ ਦਾ ਮੁੱਖ ਉਦੇਸ਼ ਹੈ ਬਾਣੀ ਬਾਣੇ ਨਾਲ ਜੁੜੋ,